ਕੱਲੇ ਫਾਰਮ ਦੇ ਖਾਲੀ ਫਾਰਮ ਲੈਣ ਦੇ। ਸੁਵਿਧਾ ਕੇਂਦਰ ਵਿੱਚ ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਸੀ, ਜਿਸ ਵਿੱਚ ਸੈਂਕੜੇ ਔਰਤਾਂ ਸੁਵਿਧਾ ਕੇਂਦਰ ਵਿੱਚ ਪਹੁੰਚੀਆਂ, ਜੋ ਸਵੇਰ ਤੋਂ ਆਪਣੀ ਵਾਰੀ ਦੀ ਉਡੀਕ ਵਿੱਚ ਖੜੀਆਂ ਸਨ ਅਤੇ ਗਰਮੀ ਨਾਲ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਸੀ। ਸੁਵਿਧਾ ਕੇਂਦਰ ਵਿੱਚ ਪੱਤਰਕਾਰਾਂ ਦੀ ਟੀਮ ਨੇ ਜਦ ਜਾ ਕੇ ਦੇਖਿਆ ਤਾਂ 1 ਰੁਪਏ ਵਾਲੇ ਫਾਰਮ ਨੂੰ 10 ਰੁਪਏ ਵਿੱਚ ਦਿੱਤਾ ਜਾ ਰਿਹਾ ਸੀ। ਜਦ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਾ ਕਿ ਉਹਨਾਂ ਤੋਂ 30 ਰੁਪਏ ਲੈ ਕੇ 20 ਰੁਪਏ ਦੀ ਰਸੀਦ ਦਿੱਤੀ ਜਾ ਰਹੀ ਹੈ। ਕੀ ਕਹਿਣਾ ਜੀ, ਜਿਹੜਾ ਫਾਰਮ ਦੇ ਰਹੇ ਕਿੰਨੇ ਦਾ? ਫਾਰਮ 10 ਰੁਪਏ ਦਾ ਦੇ ਰਹੇ ਨੇ ਜੀ। ਬਾਹਰੋਂ ਕੋਈ ਕਿੰਨੇ ਦਾ? ਹਾਂਜੀ, ਉਹ ਕਹਿੰਦੇ ਜੇ 2 ਲੈਣੇ ਆ 20 ਰੁਪਏ ਲਾਉਣਾ। ਮਨ ਉਹਨੂੰ ਬਕਾਇਦਾ 2 ਵਾਰੀ ਪੁੱਛਿਆ, ਸਰ ਫਾਰਮ ਕਿੰਨੇ ਦਾ? ਕਹਿੰਦੇ 10 ਰੁਪਏ। ਕਾਹਦਾ ਫਾਰਮ ਹੈ? ਇਹ ਰਸੋਈ ਫਾਰਮ ਹੈ, ਸੁਵਿਧਾ ਸੈਂਟਰ ਦਾਦੀ ਪੋਤੀ ਪਾਰਕ। ਇਹ ਰਸੋਈ ਫਾਰਮ ਹੈ ਜੀ, ਅਸੀਂ ਕੱਲ੍ਹ ਲੈ ਕੇ ਗਏ ਸੀ। ਕੱਲ੍ਹ ਜਦੋਂ ਅਸੀਂ ਫਾਰਮ ਲਿਆ, ਅਸੀਂ ਕਿਹਾ ਵੀ ਇੱਕ ਫਾਰਮ ਦੇ ਦਿਓ, ਕਹਿੰਦੇ 10 ਰੁਪਏ ਦਾ। ਅਸੀਂ ਕਿਹਾ ਜੀ 2 ਦੇ ਦਿਓ, ਕਹਿੰਦਾ ਜੀ ਚਲੋ 2 ਹੀ ਦੱਸਾਂਗੇ ਲੈ ਜਾਓ। ਮੈਂ 10 ਰੁਪਏ ਦੇਣ ਤੋਂ ਬਾਅਦ ਜਦੋਂ ਉਹਨੂੰ ਕਿਹਾ ਵੀ ਰਸੀਦ ਦੇ ਦਿਓ, ਫਿਰ ਬਾਅਦ 'ਚ ਕਹਿੰਦਾ ਜੀ ਤੁਸੀਂ ਫਾਰਮ ਭਰਾਉਣਾ ਵਾ। ਮੈਂ ਕਿਹਾ ਵੀ ਭਰਾਉਣ ਦੀ ਤਾਂ ਗੱਲ ਹੀ ਨਹੀਂ। ਫਿਰ ਕਹਿੰਦਾ ਜੀ 2 ਰੁਪਏ ਦੇ ਦਿਓ। ਜਦੋਂ ਮੈਂ ਰਸੀਦ ਮੰਗ ਲਈ, ਫਿਰ 2 ਰੁਪਏ ਲੈ। ਮਤਲਬ ਬਹੁਤ ਵੱਡੀ ਲੁੱਟ ਆ ਸਾਰੇ ਲੋਕਾਂ ਨੂੰ, ਜਿੰਨਿਆਂ ਨੂੰ ਫਾਰਮ ਵੇਚ ਰਹੇ ਆ, 10-10 ਰੁਪਏ ਦਾ ਵੇਚ ਰਹੇ ਆ। ਬਹੁਤ ਵੱਡੀ ਲੋਕ ਆ, ਪਤਾ ਨਹੀਂ ਪੈਸੇ ਆਉਣੇ ਕਿ ਨਹੀਂ ਆਉਣੇ। ਬੜੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ। ਸੋ ਇਸ ਕਰਕੇ ਤੁਸੀਂ ਪ੍ਰਸ਼ਾਸਨ ਨੂੰ ਅਤੇ ਤੁਹਾਨੂੰ ਪੱਤਰਕਾਰਾਂ ਨੂੰ ਬੇਨਤੀ ਆ ਵੀ ਇਹਨੂੰ ਰੋਕੋ। ਅੱਜ ਤੁਸੀਂ ਅੱਜ ਫਾਰਮ ਭਰਿਆ, ਕਿੰਨੇ ਪੈਸੇ ਲਏ? 20 ਰੁਪਏ ਲਏ। ਕਿੰਨੇ? ਇੱਕ ਫਾਰਮ ਦੇ ਕਦੋਂ? ਹਾਂਜੀ, ਪਹਿਲਾਂ ਜਿਹੜਾ ਫਾਰਮ ਲਿਆ ਸੀ ਉਹ ਕੀ ਕਹਿੰਦੇ ਹੈਗੇ? ਉਹ ਕਹਿੰਦੇ ਕੈਂਸਲ ਹੋ ਗਿਆ। ਤੇ ਫਿਰ ਇਹਨਾਂ ਨੇ ਫਾਰਮ ਕਿੱਥੋਂ ਦਿੱਤੇ? ਉਹ ਕਹਿੰਦੇ ਵੀ 10-10 ਸੁੱਤੇ ਮਿਲਣਗੇ ਤੇ ਫਾਰਮ ਲੈ ਲਓ। ਕਿੰਨੇ ਫਾਰਮ ਲਏ ਤੁਸੀਂ? 2। ਕਿੰਨੇ ਪੈਸੇ ਲੈ ਲਏ? 20 ਰੁਪਏ। 1 ਰੁਪਏ ਵਾਲਾ ਫਾਰਮ 10 ਰੁਪਏ ਵਿੱਚ ਵੇਚ ਰਿਹਾ ਸਿਕਿਉਰਿਟੀ ਗਾਰਡ ਸਾਫ਼ ਤੌਰ ਉੱਤੇ ਝੂਠ ਬੋਲਦਾ ਨਜ਼ਰ ਆਇਆ। 20 ਰੁਪਏ ਕੱਲੇ ਫਾਰਮ ਦੇ ਖਾਲੀ ਫਾਰਮ ਲੈਣ ਦੇ। ਖਾਲੀ ਫਾਰਮ ਲੈਣ ਦੇ ਰਸੀਦ ਕੱਟਣ ਵਾਲੀ ਰਹਿੰਦੀ ਹੈ ਜੀ। ਉਹ ਕਹਿੰਦਾ ਕੋਈ ਨਹੀਂ। ਦੱਸੋ ਜੀ, ਸਾਰੇ ਇਹੀ ਕਹਿ ਰਹੇ ਹੈਗੇ। ਇੱਧਰ ਗੱਲ ਕਰੋ, ਭੱਜੋ ਨਾ। ਜਦਕਿ ਸੁਵਿਧਾ ਕੇਂਦਰ ਦੇ ਇੰਚਾਰਜ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਪਤਾ ਨਹੀਂ ਹੈ ਕਿ 1 ਰੁਪਏ ਵਾਲਾ ਫਾਰਮ 10 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਲੈਣ ਦਾ ਇਲਜ਼ਾਮ ਲੱਗ ਰਿਹਾ ਹੈਗਾ, 1 ਰੁਪਏ ਦਾ ਫਾਰਮ 10 ਰੁਪਏ ਦਾ ਵੇਚਿਆ ਜਾ ਰਿਹਾ। ਕੀ ਕਹੋਗੇ ਤੁਸੀਂ? ਕੋਈ ਫਾਰਮ ਨਹੀਂ ਵੇਚਿਆ ਜਾ ਰਿਹਾ ਜੀ, ਸਾਡੇ ਕੋਲ ਰਿਕਾਰਡਿੰਗ ਹੈ ਇਸ ਚੀਜ਼ ਦੀ। ਸਾਡੇ ਕੋਲ ਰਿਕਾਰਡਿੰਗ ਹੈ ਸਰ। ਇੱਥੇ ਰਸ਼ ਬਹੁਤ ਆ, ਮੈਂ ਇੱਥੇ ਉਸ ਸੀਟ 'ਤੇ ਬੈਠਾ, ਮੈਨੂੰ ਉੱਧਰ ਪਤਾ ਨਹੀਂ ਹੈ ਠੀਕ ਹੈ ਨਾ। ਇੱਕ ਕਰਮਚਾਰੀ ਤੋਂ 30 ਰੁਪਏ ਲੈ ਗਏ ਆ ਇੱਕ ਫਾਰਮ ਦੇ, ਲੇਡੀਜ਼ ਤੋਂ 1 ਲੇਡੀਜ਼ ਤੋਂ 20 ਲੈ ਗਏ ਉਸੇ ਫਾਰਮ ਦੇ। ਨਹੀਂ ਸਾਡੇ ਸਰ ਇਸ ਤਰ੍ਹਾਂ ਕਦੇ ਵੀ ਹੁੰਦਾ ਸਾਡੇ ਇੱਥੇ, ਕੁਛ ਤਰ੍ਹਾਂ ਕੰਮ ਨਹੀਂ ਚੱਲਦਾ ਹੈਗਾ। ਰਸ਼ ਸਰ ਮੇਰੇ ਧਿਆਨ 'ਚ ਨਹੀਂ ਹੈਗਾ, ਮੈਂ ਕਿਉਂਕਿ ਰਸ਼ ਬਹੁਤ ਇੱਥੇ, ਮੈਂ ਉਸ ਸੀਟ 'ਤੇ ਬੈਠਾ ਇੱਥੇ, ਅਤੇ ਮੈਨੂੰ ਸਰ ਇਸ ਬਾਰੇ ਕੋਈ ਧਿਆਨ ਨਹੀਂ ਹੈਗਾ। ਨਹੀਂ, ਇੰਚਾਰਜ ਤੁਸੀਂ ਹੋ, ਤੁਹਾਡੇ ਇੰਨੀ ਲੁੱਟ ਹੋ ਰਹੀ ਹੈ, ਜ਼ਿੰਮੇਵਾਰੀ ਤਾਂ ਤੁਹਾਡੀ ਹੈ ਨਾ, ਤੁਹਾਡਾ ਸਟਾਫ ਕੀ ਕਰ ਰਿਹਾ? ਨਹੀਂ ਸਰ ਮੈਨੂੰ ਪਤਾ, ਮੈਨੂੰ ਦੱਸਿਆ ਤੁਸੀਂ, ਹੁਣ ਆਏ ਪਤਾ ਲੱਗਿਆ ਮੈਨੂੰ, ਹੁਣ ਮੈਂ ਸੀਟ 'ਤੇ ਬੈਠਾ ਸੁਬਾਹ ਦਾ। ਉਹ ਵਿੰਡੋ ਖੁੱਲ੍ਹੀ ਹੈ, ਉੱਧਰ ਦੇਖੋ ਤੁਸੀਂ, ਉਹਦੇ ਸ਼ਰਿਆਮ ਚੱਲ ਰਿਹਾ। 1 ਰੁਪਏ ਵਾਲਾ ਫਾਰਮ 10 ਰੁਪਏ ਤਾਂ ਅਸੀਂ ਹਵਾ ਵਾਸਤੇ ਖੋਲ੍ਹੀ ਹੈ, ਕਿਉਂਕਿ 1 ਰੁਪਏ ਵਾਲਾ ਫਾਰਮ 10 ਰੁਪਏ ਦੇਣ ਵਾਸਤੇ। ਨਹੀਂ ਸਰ, ਨਹੀਂ ਨਹੀਂ ਸਰ, ਇਸ ਤਰ੍ਹਾਂ ਫਾਰਮ ਕਿੰਨੇ ਦਾ? ਨਹੀਂ ਫਾਰਮ ਸਰ 1 ਰੁਪਏ 1 ਪੀਜੇ। 1 ਰੁਪਏ ਦਾ 10 ਕਿਉਂ ਲੈ ਰਹੇ ਹੋ? ਨਹੀਂ ਸਰ 10 ਤਾਂ ਨਹੀਂ ਲੈ ਰਹੇ ਫਾਰਮ ਦੇ, ਸਾਡੇ ਕੋਲ ਰਿਕਾਰਡਿੰਗ ਹੈ। ਸਾਡੇ ਕੋਲ ਰਿਕਾਰਡਿੰਗ ਹੈ ਅਸੀਂ। ਨਹੀਂ ਸਰ ਮੇਰੇ ਧਿਆਨ 'ਚ ਨਹੀਂ ਹੈਗਾ, ਤੁਸੀਂ ਧਿਆਨ 'ਚ ਲਿਆਦਾ ਕੋਈ ਨਹੀਂ ਸਰ, ਮੈਂ ਕਹਿ ਦਿੰਦਾ।